ਦਾ ਖਾਲਸ ਟੀ ਵੀ 'ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨਿਰੰਕਾਰੀ ਭਵਨ ਡੇਰਾ ਬੰਬ ਕਾਂਡ ਦੇ ਮੁੱਖ ਮੁਲਜ਼ਮ ਜਿਹੜੇ ਕਿ ਪੰਜਾਬ ਪੁਲਿਸ ਦੁਆਰਾ ਦੱਸੇ ਜਾਂਦੇ ਸੀ ਅਵਤਾਰ ਸਿੰਘ, ਜਿਹਦਾ ਨਾਮ ਬਿਕਰਮਜੀਤ ਸਿੰਘ ਨੇ ਲਾਇਆ ਸੀ, ਅਵਤਾਰ ਸਿੰਘ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਲਦੀ ਹੀ ਸੁਰੇਸ਼ ਅਰੋੜਾ ਪ੍ਰੈਸ ਕਾਨਫਰੰਸ ਕਰਕੇ ਪੂਰਾ ਖੁਲਾਸਾ ਕਰਨਗੇ ਕਿਸ ਤਰ੍ਹਾਂ ਅਵਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਕਿੱਥੋਂ ਗ੍ਰਿਫਤਾਰ ਕੀਤਾ ਗਿਆ ਜਾਂ ਕਿਸ ਤਰ੍ਹਾਂ ਦੇ ਜਿਹੜੇ ਹਥਿਆਰ ਬਰਾਮਦ ਕੀਤੇ ਨੇਗੇ, ਪੂਰੀ ਜਿਹੜੀ ਜਾਣਕਾਰੀ ਹੈ ਸੁਰੇਸ਼ ਅਰੋੜਾ DGP ਸਾਂਝੀ ਕਰਨਗੇ। ਪਰ ਫਿਲਹਾਲ ਤਾਂ ਖਾਲਸ TV 'ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਵਤਾਰ ਸਿੰਘ ਜਿਹੜੇ ਡੇਰਾ ਨਿਰੰਕਾਰੀ ਬੰਬ ਕਾਂਡ ਦੇ ਦੋਸ਼ੀ ਨੇ ਦੇ ਮੁਲਜ਼ਮ ਨੇ, ਨਿਰੰਕਾਰੀ ਡੇਰਾ ਕਾਂਡ ਦੇ ਮੁਲਜ਼ਮ ਨੇ ਅਵਤਾਰ ਸਿੰਘ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅੰਮ੍ਰਿਤਸਰ ਦੇ ਰਾਜਾ ਸਾਂਸੀ ਦੇ ਨਿਰੰਕਾਰੀ ਭਵਨ ਦੇ ਵਿੱਚ ਬੰਬ ਕਾਂਡ ਕੀਤਾ ਗਿਆ ਸੀ, 3 ਲੋਕਾਂ ਦੀ ਮੌਤ, 20 ਲੋਕ ਜ਼ਖਮੀ ਹੋਏ ਸੀ। ਅਵਤਾਰ ਸਿੰਘ ਦੇ ਪਿਤਾ ਗੁਰਦਿਆਲ ਸਿੰਘ ਨੇ ਖਾਲਸ TV ਦੀ ਟੀਮ ਨੂੰ ਇਹ ਗੱਲ ਕਹੀ ਸੀ ਕਿ ਸ਼ਾਇਦ ਅਵਤਾਰ ਸਿੰਘ ਆਤਮ ਸਮਰਪਣ ਕਰ ਸਕਦਾ, ਕਿਉਂਕਿ ਜਿਸ ਰਾਤ ਪੁਲਿਸ ਦੀ ਰੇਡ ਹੋਈ ਉਸ ਰਾਤ ਤਕਰੀਬਨ 7 ਵਜੇ ਅਵਤਾਰ ਸਿੰਘ ਘਰੋਂ ਗਾਇਬ ਹੋ ਗਿਆ ਸੀ। ਪੁਲਿਸ ਦਾ ਕਹਿਣਾ ਕਿ ਉਹਦੇ ਕੋਲ ਕੋਈ ਹਥਿਆਰ ਵੀ ਹੋ ਸਕਦੇ ਨੇ, ਪਰ ਉਹਦੇ ਪਰਿਵਾਰ ਨੇ ਜਿਹੜਾ ਬਿਲਕੁਲ ਉਹ ਕਿੱਥੇ ਆ, ਉਹ ਕਿਸ ਹਾਲਾਤ 'ਚ ਹੈ, ਉਹ ਬਿਲਕੁਲ ਕਿਸੇ ਵੀ ਗੱਲ ਤੋਂ ਇਨਕਾਰ ਕਰ ਦਿੱਤਾ ਸੀ। ਫਿਲਹਾਲ ਸਭ ਤੋਂ ਵੱਡੀ ਖਬਰ ਅਵਤਾਰ ਸਿੰਘ ਜਿਹੜਾ ਕਿ ਨਿਰੰਕਾਰੀ ਡੇਰਾ ਬੰਬ ਕਾਂਡ ਦੇ ਮੁਲਜ਼ਮ ਨੇ, ਮੁੱਖ ਮੁਲਜ਼ਮ ਨੇ ਬਿਕਰਮਜੀਤ ਸਿੰਘ ਨੇ ਨਾਮ ਲਾਇਆ ਸੀ ਕਿ ਅਵਤਾਰ ਸਿੰਘ ਨੇ ਮੈਨੂੰ ਜਿਹੜਾ ਪਿਸਤੌਲ ਦਿੱਤਾ ਅਤੇ ਬੰਬ ਕਾਂਡ ਵੀ ਉਹਨੇ ਕੀਤਾ, ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਕੈਮਰਾਮੈਨ ਨਵਕੀਰ ਦਲਾਲ ਜਸਵੀਰ ਸਿੰਘ ਦਾ ਖਾਲਸ TV ਸ੍ਰੀ ਮੁਕਤਸਰ ਸਾਹਿਬ।